all about Awaz 106 FM. Assalamu alaikum, assalamu alaikum Pakistan, assalamu alaikum Gujranwala. Allah ji baithiyan te khadiyan nu padiyan te anpadiyan nu vyayan te chhadiyan nu chaachiyan te taayan nu bantiyan te shantiyan nu anklan te aantiyan nu rehdi wale te dukandaran nu nakamiyan te kamyabiyan nu main keha ji mukdi gall a sare punjabiyan nu Rehan Jutt salam arz karda ji ummeed karda ke sare sajjan beli mitr bilkul thik thak honge phullan di tarah mehakde honge chidiyan di tarah chahakde honge apni zindagi nu khoob sar enjoy kar rahe honge naal janab tusi tune kita hoyega radio fm ana six awaz ek vichran wala ji bilkul har hafte di itwar di sorry itwar di sham nu 7 to 10 baje tak sada toda saath pakka hi rehnda aur eh saath nu bahut hi khoobsurat banaunde ho tusi kidda ke ji bahut sariyan gallan baatan karde ha program de andar kuch ajj diyan gallan kuch kal diyan gallan kuch naviyan gallan kuch puraniyan gallan kuch ajj diyan gallan kuch kam diyan gallan kuch sveer diyan gallan kuch dopahar diyan gallan kuch sham diyan gallan aur gallan baatan karan layi ki karde ho ਤੁਸੀਂ ਇੱਕ ਨੰਬਰ ਡਾਇਲ ਕਰ ਦਿਓ 0554551106 ਜੀ ਮੇਰਾ ਰابطਾ ਨੰਬਰ ਜੇ ਔਰ ਹਮੇਸ਼ਾ ਦੀ ਤਰ੍ਹਾਂ ਇਸ ਦੁਆ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਾਂਗਾ ਕਿ ਰੱਬਾ ਸਭ ਦਾ ਭਲਾ ਕਰੀ ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਯਾਰ ਤੋਂ ਕਰੀ ਜੀ ਬਿਲਕੁਲ ਔਰ ਫਟਾਫਟ ਮੈਂ ਤੁਹਾਨੂੰ ਟੌਪਿਕ ਵੀ ਦੱਸ ਦੇਣਾ ਵਾ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਦੇ ਬਹੁਤ ਸਾਰੀਆਂ ਜ਼ਰੂਰੀਅਤ ਹੁੰਦੀਆਂ ਨੇ ਬਹੁਤ ਸਾਰੀ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ ਕੁਝ ਵੀ ਹੋ ਸਕਦੀ ਹੈ ਮੋਟਰਸਾਈਕਲ ਹੋ ਸਕਦਾ ਗੱਡੀ ਹੋ ਸਕਦੀ ਹੈ ਹੈਂਡ ਵਾਚ ਹੋ ਸਕਦੀ ਮੋਬਾਈਲ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਜੇ ਐਗਜ਼ਾਮਪਲ ਦਿੱਤੀ ਤੁਹਾਨੂੰ ਔਰ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੀ ਲਾਈਫ ਦੇ ਵਿੱਚ ਕਿਹੜੀ ਇਹੋ ਜਿਹੀ ਸ਼ੈ ਆ ਚੀਜ਼ ਆ ਜਿਹਦੇ ਤੋਂ ਬਗੈਰ ਤੁਹਾਡਾ ਬਿਲਕੁਲ ਗੁਜ਼ਾਰਾ ਨਾ ਮੁਮਕਿਨ ਆ ਛੋਟਾ ਜਿਹਾ ਟਰੈਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ 0554551106 ਮੇਰਾ ਰਾਬਤਾ ਨੰਬਰ GW ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੋਗੇ ਮੈਨੂੰ ਤੁਸੀਂ 4471 ਤੇ ਕਿਤੇ ਨਾ ਜਾਣਾ ਜੀ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਆਵਾਜ਼ 106 ਗੁਜਰਾਂਵਾਲਾ ਰਿਹਾਨ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਨਾਲ
Non-stop entertainment with Made in Gujranwala. Rozana subuh 10 baje se raat 9 baje tak. Gujranwala Business Center, Trust Plaza, Gujranwala. Mazid malumat ke liye 0559200868. ਵੈਲਕਮ 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 ਬੈਕ ਸਤਿ ਬਿਸਮਿਲ੍ਲਾ ਜੀ ਨੂੰ ਜੀ ਸਾਰੇ ਸੁਣਨ ਵਾਲੇ ਸਜਣਾ ਬੇਲੀ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚਿੜੀਆਂ ਤੇ ਤਿੱਤਰਾਂ ਨੂੰ ਤੁਸੀਂ ਸੁਣਦੇ ਪਏ ਆਵਾਜ਼ ਕ੍ਰਿਸ਼ੇ ਗੁਜਰਾਂਵਾਲਾ ਦੀ ਲਾਈਵ ਨਿਸ਼ਾਦ ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਆਫ ਯੋਰ ਕਾਲਰ ਦੇ ਵਿੱਚ ਕੋਮਲ ਸ਼ਾਮਲ ਹੁੰਦੀ ਹੈ ਥੈਂਕ ਯੂ ਸੋ ਮਚ ਕੋਮਲ ਔਰ ਕੋਮਲ ਕਹਿੰਦੇ ਨੇ ਕਿ ਜੀ ਮੇਰਾ ਸੈੱਲ ਫੋਨ ਬਹੁਤ ਜ਼ਰੂਰੀ ਹੈ ਮੇਰੀ ਲਾਈਫ ਵਿੱਚ ਅੱਛਾ ਜੀ ਥੈਂਕ ਯੂ ਸੋ ਮਚ ਕੋਮਲ ਔਰ ਉਸ ਤੋਂ ਬਾਅਦ ਜਨਾਬ ਕੌਣ ਨੇ ਜੀ ਸਾਡੇ ਨਾਲ ਰਫਾਕਤ ਅਲੀ ਨੇ ਜੀ ਗੁਜਰਾਂਵਾਲਾ ਤੋਂ ਔਰ ਪ੍ਰੋਗਰਾਮ ਨੂੰ ਲਾਈਕ ਕਰਨ ਲਈ ਬਹੁਤ ਜ਼ਿਆਦਾ ਸ਼ੁਕਰੀਆ ਜੀ ਥੈਂਕ ਯੂ ਜੀ ਔਰ ਮੋਟਰਸਾਈਕਲ ਤੇ ਮੋਬਾਈਲ ਫੋਨ ਇਹਨਾਂ ਦਾ ਜਿਹੜਾ ਨਾ ਬਹੁਤ ਜ਼ਰੂਰੀ ਹੈ ਲਾਈਫ ਦੇ ਵਿੱਚ ਜੈਨਬ ਨੇ ਮੈਸੇਜ ਕੀਤਾ ਵਾਂਡੋ ਤੋਂ ਜੀ ਕਿੱਦਾਂ ਮੈਂ ਜੀ ਬਿਲਕੁਲ ਵਧੀਆ ਫਸਟ ਕਲਾਸ ਸ਼ੋ ਤੁਹਾਡਾ ਸੁਪਰ ਤੋਂ ਡੁਪਰ ਤੋਂ ਉੱਪਰ ਹੈ ਅੱਛਾ ਜੀ ਠੀਕ ਹੈ ਜੀ ਔਰ ਮੈਂ ਕੰਪਰੋਮਾਈਜ਼ ਨਹੀਂ ਕਰਦੀ ਕੋਈ ਮੈਨੂੰ ਯਾਦ ਰੱਖੇਗਾ ਕਿ ਨਹੀਂ ਅੱਛਾ ਠੀਕ ਹੈ ਉਸ ਤੋਂ ਬਾਅਦ ਜ਼ੁਮਰ ਤੇ ਹਮਦ ਨੂੰ ਸਲਾਮ ਤੁਹਾਡਾ ਪਹੁੰਚ ਗਿਆ ਖੂਬਸੂਰਤ ਜਿਹਾ ਟਰੈਕ ਕੋਮਲ ਰਿਜ਼ਵੀ ਦੀ ਆਵਾਜ਼ ਸ਼ਾਮਲ ਕਰਤੀ ਪ੍ਰੋਗਰਾਮ ਚ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੀ ਨਾ ਭੁੱਲਣਾ 0555455116 ਮੇਰਾ ਰਾਬਤਾ ਨੰਬਰ ਸੁਣੋ ਤੇ ਮਨਮੋਣਾ ਜੇ ਮੋਬਾਈਲ ਫੋਨ ਤੇ ਜੀ ਡਬਲਯੂ ਟਾਈਪ ਕਰਕੇ ਸਪੇਸ ਦਿਓਗੇ ਨਾ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੋਗੇ 4471 ਤੇ ख्वाबों की दुनिया में जी थोड़ी दीवानी से लग काफी कन्फ्यूजन मेरा हूँ इसे रोसे कौन तेरा कॉन्वर्सेशन करते हो तुम मुझसे इनडायरेक्टली बातें क्यों करो ओ हेलो जी वेलकम बैक हेलो जी साढ़े नाल कौन ने जी साढ़े नाल लाइव कॉलर ने और चेक कर लेने कौन तक हेलो जी सलाम अलैकुम 106 FM ਦੇ ਮਸ਼ਹੂਰ ਪ੍ਰੋਗਰਾਮ ਦੇ ਮਸ਼ਹੂਰ ਰਿਹਾਨ ਬਾਈ ਨੂੰ ਨੁਸਰਤ ਇਸ਼ਫਾਕ ਵੱਲੋਂ ਵਾਲੇਕਮ ਅਸਲਾਮ ਵਰਹਿਮਤੁਲਾਹ ਬਰਕਾਤੁਹ ਜੀ ਆਇਆਂ ਨੂੰ ਆਖਦੇ ਹਾਂ ਤੁਹਾਨੂੰ ਜੀ ਜੀ ਵੈਲਕਮ ਜੀ ਤੁਹਾਨੂੰ ਵੀ ਵੈਲਕਮ ਬਹੁਤ ਤੁਸੀਂ ਆਉਂਦੇ ਹੋ ਤੇ ਮੈਂ ਕਹਿੰਦੀ ਆਉਂਦੇ ਹੀ ਖਾ ਜਾਂਦੇ ਹੋ ਤੇ ਮੈਂ ਅੱਗੇ ਮੈਨੇਜਮੈਂਟ ਨੂੰ ਬਹੁਤ ਫਾਰ ਰਿਕੁਐਸਟ ਕੀਤੀ ਹੈ ਮੇਰੀ ਕਾਇੰਡਲੀ ਰਿਕੁਐਸਟ ਹੈ ਕਿ ਰਿਹਾਨ ਬਾਈ ਦੇ ਜ਼ਿਆਦਾ ਤੋਂ ਜ਼ਿਆਦਾ ਸ਼ੋਅ ਹੋਣੇ ਚਾਹੀਦੇ ਹੈ ਹਾਂਜੀ ਅੱਛਾ ਲੱਗਦਾ ਸਾਨੂੰ ਸੁਣਨਾ ਮਾਸ਼ਾਅੱਲਾ ਤੋਂ ਰੌਣਕ ਸ਼ੋਅ ਹੁੰਦਾ ਹੈ ਬੜਾ ਅੱਛਾ ਟਾਈਮ ਗੁਜ਼ਰਦਾ ਹੈ ਰਿਹਾਨ ਬਾਈ ਤੁਹਾਨੂੰ ਤੇ ਤਮਾਮ ਇਹਦੇ ਇਸਲਾਮ ਨੂੰ ਮਾਹਿਮ ਬਾਰੀ ਕਵੀਅਬਲ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ ਜੀ ਥੈਂਕ ਯੂ ਬਹੁਤ ਮੁਬਾਰਕ ਮਹੀਨਾ ਹੈ ਆਪ ਦਾ ਸਲਮ ਸਰਕਾਰ ਦੀ ਵਿਲਾਦਤ ਪਾਕ ਦਾ ਮਹੀਨਾ ਵਿਲਾਦਤ ਮੁਬਾਰਕ ਹੋਈ ਆਪ ਤਮਾਮ ਜਹਾਨਾ ਵਾਸਤੇ ਰਹਿਮਤ ਆਲਮੀਨ ਬਣ ਕੇ ਆਏ ਜੀ ਜੀ ਹਾਂਜੀ ਤੇ ਔਰ ਮੈਂ ਟੋਪਿਕ ਦੇ ਵਾਲੇ ਨੂੰ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਜੀ ਕਿ ਜ਼ਿੰਦਗੀ ਵਾਸਤੇ ਕੀ ਚੀਜ਼ ਜ਼ਰੂਰੀ ਹੈ ਬੜਾ ਮੀਨਿੰਗਫੁਲ ਹੈ ਅਗਰ ਅਸੀਂ ਡੈਥ ਚ ਜਾਵੋ ਨਾ ਦੇ ਵਿੱਚ ਅੱਛਾ ਜੀ ਮੈਂ ਹੋਰ ਪਾਸੇ ਦਾ ਮਤਲਬ ਉਹਨੂੰ ਜ਼ਰਾ ਬੜਾ ਗਹਿਰਾਈ ਨਾਲ ਸੋਚਿਆ ਹੈਗਾ ਜੀ ਕਮਾਲ ਕਰਤਾ ਤੁਸੀਂ ਤਾਂ ਅੱਜ ਗਹਿਰਾਈ ਕਰਤੀ ਜ਼ਿੰਦਗੀ ਚ ਕਿਹੜੀ ਚੀਜ਼ ਹੈ ਜੀ ਜਿਹਦੇ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਹੈ ਉਹਦੇ ਦੇ ਵਿੱਚ ਮੈਂ ਬੜੇ ਗੱਲਾਂ ਸ਼ੇਅਰ ਕਰ ਜਾਵਾਂਗੀ ਤੇ ਪੈਗਾਮ ਦਿੰਦੀ ਜਾਵਾਂਗੀ ਜੀ ਜੀ ਜ਼ਰੂਰ 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 ਵੈਲਕਮ ਜੀ ਜੀ ਰਿਹਾਨ ਬਾਈ ਤੇ ਸਾਡੀ ਬੇਸਿਕ ਨੀਡ ਹੈ ਤੇ ਅੱਲਾਹ ਵੱਲੋਂ ਪੂਰੀ ਹੁੰਦੀ ਹੈ ਹਵਾ ਹੈ ਖੁਰਾਕ ਹੈ ਪਾਣੀ ਹੈ ਠੀਕ ਹੈ ਅਸੀਂ ਅੰਨ ਪਾਣੀ ਖਾਣੇ ਹੈ ਇਹ ਤੇ ਸਾਡੀਆਂ ਜ਼ਰੂਰਤਾਂ ਹੈ ਹੁਣ ਜੇ ਉਹਦੇ ਬਾਅਦ ਹੋਰ ਜ਼ਰੂਰੀਅਤ ਹੈ ਜੀ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਜੀ ਮੋਬਾਈਲ ਦੇ ਬਗੈਰ ਨਹੀਂ ਕਿਸੇ ਦਾ ਗੁਜ਼ਾਰਾ ਹੁੰਦਾ ਕਿਸੇ ਦਾ ਗੱਡੀ ਦੇ ਬਗੈਰ ਮੈਂ ਇੱਥੇ ਕਹਾਂਗੀ ਸਾਡੀਆਂ ਤੇ ਜ਼ਰੂਰਤਾਂ ਬਹੁਤ ਹੀ ਅਸੀਂ ਵਧਾ ਲਈ ਹੈਗੀ ਹੈ ਤੇ ਫਜ਼ੂਲ ਖਰਚੀਆਂ ਵੱਲ ਤੁਰ ਗਏ ਹੈਗੇ ਹਾਏ ਹਾਏ
ਕੋਠੀਆਂ ਬਣਾ ਰਹੇ ਹੈਗੇ, ਕਮਾਲ ਕਰ ਰਹੇ ਹੈਗੇ, ਜਿਸ ਤਰ੍ਹਾਂ ਜ਼ਰੂਰਤ ਜ਼ਰੂਰਤ ਕੀ ਉਹਦੇ ਪਿੱਛੇ ਪੈਸਾ ਬਰਬਾਦ ਕਰੇ, ਤੁਸੀਂ ਕਿਸੇ ਗਰੀਬ ਮੁਹਤਾਜ ਦੀ ਮਦਦ ਕਰੋ, ਕਿਸੇ ਦੀ ਬੱਚਿਆਂ ਦੀ ਸ਼ਾਦੀ ਵਿੱਚ ਤੁਸੀਂ ਹੈਲਪ ਆਊਟ ਕਰੋ ਉਹਨੂੰ। ਅਸੀਂ ਤੇ ਇੰਜ ਉਹਨਾਂ ਮਗਰ ਚੁੱਕਿਆ ਜਿਸ ਤਰ੍ਹਾਂ ਸਾਡੀ ਉਹਦੇ ਬਗੈਰ ਗੁਜ਼ਾਰਾ ਹੀ ਨੀ ਹੈਗਾ, ਅਸੀਂ ਫਜ਼ੂਲ ਖਰਚੀਆਂ ਵੱਲ ਪਾਸੇ ਪੈ ਗਏ। ਨਹੀਂ, ਇਸ ਤਰ੍ਹਾਂ ਨੀ ਹੋਣਾ ਚਾਹੀਦਾ। ਰਿਹਾਨ ਭਾਈ ਮੈਂ ਸੱਚ ਦੱਸਾਂ, ਅੱਲਾਹ ਤੇ ਅਸੀਂ ਸਾਬਰ ਸ਼ਾਕਰ ਰਹਿੰਦੇ ਹਾਂ, ਜਿੰਨਾ ਵੀ ਅੱਲਾ ਹੀ ਇਹ ਸਭ ਦੀਆਂ ਆਜ਼ਾਦ ਪੂਰੀ ਕਰਨ ਵਾਲਾ। ਜੀ ਬਿਲਕੁਲ ਜੀ, ਬੜਾ ਜੀ ਅੱਲਾ ਤਾਲਾ ਦੀ ਜ਼ਾਤ ਕਬੂਲ ਰੱਖੇ। ਇਹ ਨਹੀਂ ਕਿ ਬਈ ਅਸੀਂ ਉਸ ਚੀਜ਼ ਦੇ ਮਗਰ ਹੀ ਪੈ ਜਾਈਏ, ਅਸੀਂ ਰੇਸ ਦੌੜ ਦੇ ਵਿੱਚ ਲਾਈ ਹੈ ਜੀ, ਬਸ ਮੇਰੇ ਕੋਲੇ ਬਹੁਤ ਹੋਵੇ। ਕਮਜ਼ੋਰੀ ਨਹੀਂ ਬਣਾਇਆ ਕਿਸੇ ਚੀਜ਼ ਨੂੰ, ਬਾਹਰ ਹੈ ਨਹੀਂ, ਵੈਲ ਐਂਡ ਗੁੱਡ ਹੈ ਤੇ ਵੈਲ ਐਂਡ ਗੁੱਡ ਠੀਕ ਹੈ, ਨਹੀਂ ਹੈ ਤੇ ਕੋਈ ਬਾਤ ਨਹੀਂ ਹੈ, ਗੱਡੀ ਨਹੀਂ ਹੈ ਤੇ ਨਹੀਂ। ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਉਹਦੇ ਪਿੱਛੇ ਲੱਗ ਜਾਈਏ ਤੇ ਫਜ਼ੂਲ ਖਰਚੀਆਂ ਕਰੀਏ। ਮੈਂ ਤੇ ਇਹ ਕਹਿਣਾ ਚਾਹਾਂਗੀ, ਔਰ ਮੈਂ ਖੁਦ ਵੀ ਇਸ ਚੀਜ਼ ਦਾ ਮਤਲਬ ਪੈਗਾਮ ਹੈ ਮੇਰਾ ਕਿ ਅਸੀਂ ਹਰ ਹਾਲ ਚ ਰੱਬ ਦਾ ਸੋਹਣੇ ਦਾ ਸ਼ੁਕਰ ਅਦਾ ਕਰੀਏ, ਸਾਬਰ ਰਹੀਏ, ਸ਼ਾਕਰ ਰਹੀਏ, ਠੀਕ ਹੈ ਜੀ, ਔਰ ਆਪਣੀ ਕੋਸ਼ਿਸ਼ ਮਿਹਨਤ ਠੀਕ ਹੈ, ਜ਼ਿੰਦਗੀ ਜਦੋਂ ਜੋਹਦ ਕਰੀਏ ਤੇ ਜੋ ਸਾਨੂੰ ਅਸੀਂ ਉਹ ਚੀਜ਼ ਲੈਣ ਦੇ ਖਾਹਿਸ਼ਮੰਦ ਹੁੰਦਾ ਜਿਹੜੀ ਸਾਨੂੰ ਚੰਗੀ ਲੱਗਦੀ, ਰੱਬ ਸੋਹਣਾ ਉਹ ਅਦਾ ਕਰਦਾ ਜਿਹੜਾ ਉਹ ਸਾਡੇ ਵਾਸਤੇ ਚੰਗਾ ਹੁੰਦਾ, ਤੇ ਉਹਦੀ ਅਤਾ ਤੇ ਰਾਜ਼ੀ ਰਹਿਣਾ ਚਾਹੀਦਾ, ਉਤਾਵਾਂ ਦੀ ਬਾਰਿਸ਼ ਕਰਨ ਵਾਲੇ ਰਹਿਣ। ਜੀ ਥੈਂਕ ਯੂ ਸੋ ਮਚ ਜੀ, ਤੁਹਾਡੇ ਵਾਸਤੇ ਬਹੁਤ ਦੁਆਵਾਂ, ਥੈਂਕ ਯੂ ਸੁਣਨ ਵਾਲੇ ਵਾਸਤੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਲੈ ਕੇ ਮੈਨੂੰ ਸਲਾਮ ਦੀ ਦੁਆਵਾਂ ਦੇ ਲਈ, ਕੰਪਲੀਮੈਂਟਸ ਦੇ ਲਈ, ਮੈਂ ਤੇ ਜੀ ਦੇ ਨਾਲ ਮਸ਼ਕੂਰ ਹੈਗੀ ਹਾਂ ਜੀ। ਥੈਂਕ ਯੂ ਸੋ ਮਚ, ਤੁਹਾਡੇ ਬਹੁਤ ਅੱਛੇ ਪ੍ਰੋਗਰਾਮ ਹੈ ਸੰਸਨ, ਬਹੁਤ ਮਿਹਰਬਾਨੀ ਹੈ, ਬਹੁਤ ਮਿਹਰਬਾਨੀ ਤੁਹਾਡੀ, ਹੁਸਨ ਸਮਾਤ ਹੈ ਜੀ। ਔਰ ਜੀ ਮੁਸਰਤ ਇਸ਼ਫਾਕ ਸਾਡੇ ਨਾਲ ਸੀ, ਥੈਂਕ ਯੂ ਸੋ ਮਚ ਮੁਸਰਤ, ਬੜੇ ਦਿਨਾਂ ਬਾਅਦ ਤੁਸੀਂ ਆਏ, ਮੈਨੂੰ ਚੰਗਾ ਲੱਗਿਆ, ਸਾਰਾ ਮੱਲਾ ਇਕੱਠਾ ਹੋ ਗਿਆ ਜੀ ਇੱਥੇ। ਲੇਕਿਨ ਅਸੀਂ ਮੂਵ ਕਰਾਂਗੇ ਇੱਕ ਨਿੱਕੇ ਜਿੰਨੇ ਸੌਂਗ ਬ੍ਰੇਕ ਤੇ ਛੋਟੀ ਜਿੰਨੀ ਕਮਰਸ਼ੀਅਲ ਬ੍ਰੇਕ ਵੱਲ, 0554551106 ਪੱਕਾ ਹੀ ਮੇਰਾ ਰਾਬਤਾ ਨੰਬਰ, ਜੀ ਡਬਲਯੂ ਟਾਈਪ ਕਰੋਗੇ, ਸਪੇਸ ਦਿਓਗੇ, ਨਾਮ ਲਿਖੋਗੇ, ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੋਗੇ 4471 ਤੇ, ਔਰ ਦੱਸੋਗੇ ਕਿ ਤੁਹਾਡੀ ਲਾਈਫ ਦੇ ਵਿੱਚ ਮੁਸਰਤ ਇਸ਼ਫਾਕ ਦੀ ਤਰ੍ਹਾਂ ਕਿਹੜੀ ਇਹੋ ਜਿਹੀ ਚੀਜ਼ ਆ ਜਿਸ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ, ਕਿਤੇ ਨਾ ਜਾਣਾ ਜੀ। ਸੁਣਿਓ, ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ। ਆਵਾਜ਼ ਅਕਸਰ ਸੇ ਗੁਜਰਾਂਵਾਲਾ ਰਿਹਾਨ ਤੁਹਾਡੇ ਨਾਲ ਨਾਲ ਪ੍ਰੋਗਰਾਮ ਬੈਠਕ, ਇੰਜੋਏ ਕਰੋ ਮੁਸਰਤ ਸਾਹਿਬ ਇਸ ਟਰੈਕ ਨੂੰ ਔਰ ਤਮਾਮ ਲਿਸਨਰ ਵੀ। ਖਰਾਬ ਹੋ ਜਾਵੇ ਤੇ ਮੁਰੰਮਤ ਵੀ ਕਰ ਦਿੰਦੇ ਨੇ। ਜੀ ਐਮ ਟੀ ਆਲਾ ਸਮਾਜ ਔਰ ਸਪੀਚ ਥੈਰੇਪੀ ਕਾ ਮਰਕਜ਼, ਅਬ ਆਪਕੋ ਲਾਹੌਰ ਜਾਣੇ ਕੀ ਜ਼ਰੂਰਤ ਨਹੀਂ। ਗੁਜਰਾਂਵਾਲਾ ਕੀ ਤਾਰੀਖ ਮੇਂ ਸਮਾਜ ਸੇ ਮਹਿਰੂਮ ਛੋਟੇ ਬੱਚੋਂ ਕਾ ਬਹਿਰਾਪਨ ਟੈਸਟ ਕਰਵਾਨੇ ਕਾ ਬਿਹਤਰੀਨ ਮਰਕਜ਼। ਐਡਰੈਸ ਬਿਲ ਮੁਕਾਬਲ ਮੇਨ ਗੇਟ ਸਿਵਲ ਹਸਪਤਾਲ ਗੁਜਰਾਂਵਾਲਾ, ਨੈਜ਼ਦ ਨੈਸ਼ਨਲ ਬੈਂਕ। ਕੰਟੈਕਟ ਅਸ 0300-648-3849। कुछ चीजें जिंदगी के कितना साथ साथ चलती हैं ना, जैसे मेरा अलमेराज फैन, प्योर इलेक्ट्रिक शीट और 100% कॉपर वायर से तैयार करदा बेस्ट इंजीनियर्ड फैन, अलमेराज फैन, साथ जिंदगी का। फोन 0554222217 up to 18। अगर आप तरह तरह के मुआलजों से इलाज करवा कर मायूस हो चुके हैं
تو مایوسی چھوڑیے کیونکہ صحت اور تندرستی کا خزانہ حیات دواخانہ آپ کو دیتا ہے ہر طرح کے علاج کی مکمل گارنٹی جہاں پر ہر قسم کی بیماریوں کا تسلی بخش علاج اور ہاں موٹاپے سے مکمل نجات حاصل کریں وہ بھی چند روز میں اپنا وقت اور پیسہ بچائیں صرف حیات دواخانہ آئیں یاد رکھیے حکیم صاحب ہر روز صبح 8 بجے سے رات 8 بجے تک مریضوں کا فری چیک اپ کرتے ہیں اس کے علاوہ بنسار کی تمام آئٹمز ہول سیل ریٹ پر دستیاب ہیں ایڈریس مدینہ مسجد نزد امریکن بیکری وحدت کلونی سیٹلائٹ آن پسرور روڈ گجراوالا کانٹیکٹ نمبر 055-455-2020 اینڈ 0321-125-0125
ਜੀ ਵੈਲਕਮ 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 ਬੈਕ ਜਦ ਬਿਸਮਿਲਾ ਜੀ ਨੂੰ ਜੀ ਸਾਰੇ ਸੁਣ ਵਾਲੇ ਸੱਜਣਾ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚੜਿਆ ਤੇ ਤਿੱਤਰਾਂ ਨੂੰ ਅਨਸੀਮਾ ਸ਼ਾਮਲ ਹੁੰਦੇ ਨੇ ਅਨਸੀਮਾ ਜੀ ਕੀ ਹਾਲ ਚਾਲ ਠੀਕ ਹੋ ਖੁਸ਼ ਰਾਜ਼ੀ ਹੋ ਮਿਹਰਬਾਨੀਆਂ ਜੀ ਅਨਸੀਮਾ ਜੀ ਔਰ ਉਸ ਤੋਂ ਬਾਅਦ ਜਨਾਬ ਕੌਣ ਸ਼ਾਮਲ ਹੁੰਦੇ ਨੇ ਔਰ ਫਿਰ ਕੱਲ੍ਹ ਦੇ ਵਿੱਚ ਨਵੀਦ ਇਕਬਾਲ ਨੇ ਪਸਰੂਰ ਰੋਡ ਤੋਂ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਥੈਂਕ ਯੂ ਸੋ ਮਚ ਨਵੀਦ ਜੀ ਬਹੁਤ ਮਿਹਰਬਾਨੀਆਂ ਬਿਲਕੁਲ ਜੀ 0554551106 ਮੇਰਾ ਰਾਬਤਾ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੋਗੇ 4471 ਤੇ ਦੱਸੋਗੇ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਬਹੁਤ ਜ਼ਰੂਰੀ ਆ ਤੁਹਾਡੀ ਲਾਈਫ 'ਚ ਉਹ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਨਾ ਨਹੀਂ ਹੋ ਸਕਦਾ ਨਾ ਵੈਲਕਮ 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 ਬੈਕ ਜਦ ਬਿਸਮਿਲਾ ਜੀ ਨੂੰ ਜੀ ਸਾਰੇ ਸੁਣ ਵਾਲੇ ਸੋਜਣਾ ਵੇਲੇ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚੜਿਆ ਤੇ ਤਿੱਤਰਾਂ ਨੂੰ ਆਫ ਏਅਰ ਕਾਲਰ ਦੇ ਵਿੱਚ ਸਾਡੇ ਨਾਲ ਸੋਭੀਆ ਹਨੀਫ ਸ਼ਾਮਲ ਹੁੰਦੀਆਂ ਨੇ ਥੈਂਕ ਯੂ ਸੋ ਮਚ ਸੋਭੀਆ ਜੀ ਪ੍ਰੋਗਰਾਮ ਨੂੰ ਲਾਈਕ ਕਰਨ ਲਈ ਬਹੁਤ ਜ਼ਿਆਦਾ ਸ਼ੁਕਰੀਆ ਔਰ ਕਹਿੰਦੇ ਨੇ ਕਿ ਡੇਜ਼ ਵਧਾਓ ਪ੍ਰੋਗਰਾਮ ਦੇ ਅੱਛਾ ਠੀਕ ਹੋ ਗਿਆ ਜੀ ਕੋਸ਼ਿਸ਼ ਕਰਾਂਗੇ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਵਿੱਚ ਆਏ ਬਹੁਤ ਚੰਗਾ ਲੱਗਿਆ ਤੇਰੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਰਾਣਾ ਸੁਹੇਲ ਪਿੰਡ ਮਾਰਵੇ ਖੁਰਤ ਔਰ ਨਾਲ ਜਨਾਬ ਰਾਣਾ ਅਲੀ ਬੈਠੇ ਨੇ ਥੈਂਕ ਯੂ ਸੋ ਮਚ ਔਰ ਕਹਿੰਦੇ ਨੇ ਕਿ ਜੀ ਮੋਬਾਈਲ ਜਿਹੜਾ ਨਾ ਉਹ ਜ਼ਰੂਰੀ ਹੈ ਸਾਡੇ ਲਈ ਅੱਛਾ ਜੀ ਥੈਂਕ ਯੂ ਸੋ ਮਚ ਜੀ ਬਹੁਤ ਮਿਹਰਬਾਨੀਆਂ ਔਰ ਸੋਭੀ ਹਨੀਫ ਕਹਿੰਦੀਆਂ ਸੀਗੀਆਂ ਕਿ ਰੇਡੀਓ ਰੇਡੀਓ ਤੋਂ ਬਗੈਰ ਮੇਰੀ ਜ਼ਿੰਦਗੀ ਅਧੂਰੀ ਹੈ ਅੱਛਾ ਜੀ ਥੈਂਕ ਯੂ ਬਹੁਤ ਮਿਹਰਬਾਨੀ ਤੁਸੀਂ ਇੰਨਾ ਲਾਈਕ ਕਰਦੇ ਹੋ ਸਾਡੇ ਰੇਡੀਓ ਨੂੰ ਸਾਡੀ ਆਵਾਜ਼ ਨੂੰ ਸਾਡੇ ਪ੍ਰੋਗਰਾਮਸ ਨੂੰ ਥੈਂਕ ਯੂ ਸੋ ਮਚ ਸੋਭੀਆ ਬਹੁਤ ਮਿਹਰਬਾਨੀ ਜੀ ਉਸ ਤੋਂ ਬਾਅਦ ਮੈਸੇਜ ਕੀਤਾ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਸਰ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਫਸਟ ਕਲਾਸ ਜੀ ਮੈਂ ਬਿਲਕੁਲ ਠੀਕ ਠਾਕ ਹਾਂਗਾ ਵਾ ਯਾਰ ਮੈਨੂੰ ਹੱਸਦਾ ਆਂਡਿਆ
ਤੇ ਲੋਕ ਪ੍ਰੋਗਰਾਮ ਮੇਰਾ ਦੇਖ ਕਿਵੇਂ ਲੈਂਦੇ ਨੇ ਰੇਡੀਓ ਦੇ ਵਿੱਚ ਕੋਈ ਜਨਾਬ ਉਹਨਾਂ ਨੇ ਸੈਟੇਲਾਈਟ ਫਿੱਟ ਕੀਤਾ ਕੈਮਰਾ ਕੋਈ ਫਿੱਟ ਕੀਤਾ ਕਹਿੰਦੇ ਨੇ ਕਿ ਜੀ ਕੌਣ ਨੇ ਜ਼ੇਬੁਨਿਸਾ ਥੈਂਕ ਯੂ ਔਰ ਨਾਲ ਹੀ ਉਹਨੇ ਅੱਲਾ ਹਾਫਿਜ਼ ਵੀ ਕਹਿਤਾ ਕਹਿੰਦੇ ਨੇ ਕਿ ਜੀ ਮੈਂ ਤੁਹਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਦੇਖ ਰਹੀ ਹਾਂ ਬਹੁਤ ਮਜ਼ਾ ਆ ਰਿਹਾ ਥੈਂਕ ਯੂ ਸੋ ਮਚ ਜ਼ੇਬੁਨਿਸਾ ਔਰ ਮੈਨੂੰ ਵੀ ਬਹੁਤ ਮਜ਼ਾ ਆ ਰਿਹਾ ਪ੍ਰੋਗਰਾਮ ਆਪਣਾ ਕਰਕੇ ਥੈਂਕ ਯੂ ਸੋ ਮਚ ਜੀ ਬਿਲਕੁਲ ਤੁਸੀਂ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹੋ 0545551106 ਮੇਰਾ ਰਾਬਤਾ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੋਗੇ 4471 ਤੇ 0545551106 ਇਜ਼ ਆਵਰ ਕੰਟੈਕਟ ਨੰਬਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਨਿੱਕਾ ਜਿਹਾ ਸੌਂਗ ਮਿਲਦੇ ਹਾਂ ਸੌਂਗ ਬ੍ਰੇਕ ਤੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਿਤਨੇ ਜਾਣਾ ਫੋਨ ਕਾਲ ਕਰਨਾ ਤਾਂ ਮੈਸੇਜ ਕਰਨਾ ਕਦੇ ਨਾ ਭੁੱਲਣਾ ਜੀ ਅਨਸੀਮਾ ਸ਼ਾਮਿਲ ਹੁੰਦੇ ਨੇ ਥੈਂਕ ਯੂ ਅਨਸੀਮਾ ਜੀ ਕਹਿੰਦੇ ਨੇ ਕਿ ਮੋਬਾਈਲ ਤੋਂ ਬਗੈਰ ਜ਼ਿੰਦਗੀ ਅਧੂਰੀ ਹੈ PM. This time check is brought to you by Nay Honda C70 Dream. Dream on hai. यू माइक्रो फाइनेंस बैंक अब आपको दे रहा है आपको आपकी मेहनत का समर वो भी 12% शरह मुनाफा के साथ बगैर किसी उम्र और रकम जमा करवाने की हद के साथ में मिले मुफ्त डेबिट कार्ड चेकबुक और महाना मुनाफा निकलवाने की सहूलत तो आज ही अपने करीबी यू माइक्रो फाइनेंस ਸਤਿ ਬਿਸਮਿਲ੍ਲਾ ਜੀ ਅਨੂ ਜੀ ਤੁਸੀਂ ਸੁਣਦੇ ਪਏ ਹੋ ਆਵਾਜ਼ 106 ਗੁਜਰਾਂਵਾਲਾ ਦੀ ਲਾਈਵ ਨਸ਼ਰੀਆਤ
ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਨਾਲ ਔਰ ਜਨਾਬ ਕੌਣ ਨੇ ਸਾਡੇ ਨਾਲ ਜੀ ਸਾਡੇ ਨਾਲ ਆਫ ਯਰ ਕਾਲਰ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸੋਨੀਆ ਸੋਨੀਆ ਕਿੱਥੋਂ ਨੇ ਸੋਨੀਆ ਕਿੱਥੋਂ ਕਾਲ ਕੀਤੀ ਸੀ ਤੁਸੀਂ ਦੱਸਿਓ ਜਰਾ ਦੁਬਾਰਾ ਆ ਕੇ ਨਾਂ ਭੁੱਲ ਗਿਆ ਜੀ ਇਹਨਾਂ ਦੇ ਪਿੰਡ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਕੀ ਸੀ ਸ਼ੇਕੂ ਸ਼ੇਕੂ ਮਾਂ ਸ਼ੇਖਵਾਨ ਸ਼ੇਖਵਾਨ ਨਾ ਸ਼ੇਖਵਾਨ ਥੈਂਕ ਯੂ ਸੋ ਮਚ ਜੀ ਸ਼ੇਖਵਾਨ ਵਾਲਿਓ ਔਰ ਹਫਜ਼ ਉਸਮਾਨ ਨੂੰ ਇਹਨਾਂ ਸਲਾਮ ਕਿਹਾ ਔਰ ਮੋਬਾਈਲ ਤੋਂ ਬਗੈਰਾ ਰਹਿ ਨਹੀਂ ਸਕਦੇ ਠੀਕ ਹੋ ਗਿਆ ਫਿਜ਼ਰ ਹਯਾਤ ਨੂੰ ਵੀ ਸਲਾਮ ਤੁਹਾਡਾ ਪਹੁੰਚ ਗਿਆ ਓਏ ਹੋਏ ਹਾਜੀ ਨਵੀਦ ਜੀ ਆ ਗਏ ਨੇ ਸਾਡੇ ਨਾਲ ਇਲੈਕਟ੍ਰੋਨਿਕਸ ਤੋਂ ਵਾਂਢੇ ਜਾਂਦੇ ਹੋਏ ਪ੍ਰੋਗਰਾਮ ਸੁਣਦੇ ਨੇ ਸਾਡਾ ਰੇਡੀਓ ਟਿਊਨ ਕੀਤਾ ਇਹਨਾਂ ਨੇ ਗੱਡੀ ਦੇ ਵਿੱਚ ਸੁਣਿਓ ਕੀ ਹਾਲ ਚਾਲ ਆ ਕਿਹੜੀ ਇਹੋ ਜਿਹੀ ਚੀਜ਼ ਆ ਜਿਹਦੇ ਤੋਂ ਬਗੈਰ ਤੁਸੀਂ ਨਹੀਂ ਰਹਿ ਸਕਦੇ ਲਾਈਫ ਦੇ ਵਿੱਚ ਗੱਡੀ ਹੋ ਸਕਦੀ ਆ ਮੋਟਰਸਾਈਕਲ ਹੋ ਸਕਦਾ ਮੋਬਾਈਲ ਹੋ ਸਕਦਾ ਹਾਜੀ ਨਵੀਦ ਜੀ ਆ ਕੇ ਜ਼ਰੂਰ ਦੱਸਿਆ ਜੇ ਬਹੁਤ ਹੀ ਪਿਆਰੇ ਸਾਡੇ ਦੋਸਤ ਨੇ ਹਾਜੀ ਨਵੀਦ ਔਰ ਉਸ ਤੋਂ ਬਾਅਦ ਮੈਸੇਜ ਕਿੰਨੇ ਕੀਤਾ ਜੀ ਸ਼ਰਜੀਲ ਅਨਵਰ ਨੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਜੀ ਮੈਂ ਬਿਲਕੁਲ ਵਧੀਆ ਫਸਟ ਕਲਾਸ ਉਹਨਾਂ ਦੇ ਕਜ਼ਨ ਦੀ ਅੱਜ ਸ਼ਾਦੀ ਹੈ ਜੀ ਸਾਡੇ ਵੱਲੋਂ ਜਨਾਬ ਬਹੁਤ ਬਹੁਤ ਢੇਰੋ ਢੇਰ ਮੁਬਾਰਕ ਆਫਾ ਮਨੋ ਸਿੱਖ ਸਮਾਜ ਦੇ ਬਿਨਾਂ ਨਹੀਂ ਰਹਿ ਸਕਦੇ ਸ਼ਰਜੀਲ ਅਨਵਰ ਇੱਕ ਸੌਂਗ ਜ਼ਰੂਰ ਮੈਂ ਡੈਡੀਕੇਟ ਕਰਾਂਗਾ ਸਾਹਿਰ ਅਲੀ ਬੱਗਾ ਦੀ ਆਵਾਜ਼ ਦੇ ਵਿੱਚ ਜ਼ਰੂਰ ਜੀ ਔਰ ਉਸ ਤੋਂ ਬਾਅਦ ਜੀ ਆਵਾਜ਼ ਬਹੁਤ 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 ਜ਼ਿਆਦਾ ਨਾਈਸ ਅੱਛਾ ਜੀ ਭਰ ਕੇ ਅੰਸੇ ਹੋ ਮੁਝੇ ਤੋਂ ਬਹੁਤ ਅੱਛਾ ਲਗਾ ਨਾ ਨਹੀਂ ਲਿਖਿਆ ਵੈਸੇ ਤੁਸੀਂ ਹਾਂਜੀ ਨਾ ਲਿਖ ਕੇ ਮੈਨੂੰ ਭੇਜੋਗੇ ਕਿਹੜਾ ਮੈਸੇਜ ਪੜ੍ਹ ਕੇ ਮੈਂ ਹੰਸ ਜਾ ਸਕਾ ਹੈ ਜ਼ਰੂਰ ਦੱਸਿਆ ਜੀ ਮੈਨੂੰ ਸਿਫਰ 5545551 ਮੇਰਾ ਰੱਬ ਦਾ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਔਰ ਪੈਗਾਮ ਲਿਖ ਕੇ ਸੈਂਡ ਕਰ ਦੋਗੇ 4471 ਤੇ ਜੀ ਸਾਹਿਰ ਅਲੀ ਬੱਗਾ ਦੀ ਆਵਾਜ਼ ਦੇ ਵਿੱਚ ਅਸੀਂ ਜਿਹੜਾ ਸੌਂਗ ਪਲੇ ਕਰਨਾ ਚਾਹ ਰਹੇ ਹਾਂ ਉਹ ਮੈਂ ਲੱਭ ਰਿਹਾ ਵਾਂ ਲੱਭ ਜਾਂਦਾ ਤੇ ਜ਼ਰੂਰ ਅਸੀਂ ਪਲੇ ਕਰ ਦਿਆਂਗੇ ਜੀ ਜ਼ਰੂਰ ਪਲੇ ਕਰਾਂਗੇ ਕਿਤੇ ਨਾ ਜਾਣਾ ਜੀ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਆਵਾਜ਼ 106 ਗੁਜਰਾਂਵਾਲਾ ਦੀ ਲਾਈਵ ਨਸ਼ਰੀਆਤ ਪ੍ਰੋਗਰਾਮ ਬੈਠਕ ਰਿਹਾਨ ਤੁਹਾਡੇ ਨਾਲ ਨਾਲ ਦਿਲਾਂ ਦੇ ਨਾਲ ਨਾਲ ਆਈ ਥਿੰਕ ਸੋ ਇਹੀ ਟ੍ਰੈਕ ਆ ਜੀ ਬਿਲਕੁਲ ਕਿਤੇ ਨਾ ਜਾਣਾ ਸਾਡੇ ਨਾਲ ਨਾਲ ਜੀ ਸਨਾ ਜਵੇਦ ਤੇ ਫਿਰੋਜ਼ ਖਾਨ ਦੀ ਤੁਹਾਡੀ ਆਵਾਜ਼ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਬੋਲਣਾ ਕੋਈ ਤੁਝਕੋ ਨਾ ਰੋਕੇ ਪਰ ਅਭੀ ਹੋਸ਼ ਕਰ ਤੂੰ ਜ਼ਰਾ
ਇਹ ਸੌਂਗ ਡੈਡੀਕੇਟ ਸੀਗਾ ਸਰਜੀਲ ਅਨਵਰ ਵੱਲੋਂ ਉਹਨਾਂ ਦੀ ਕਜ਼ਨ ਨੂੰ ਜਿਹਨਾਂ ਦੀ ਅੱਜ ਸ਼ਾਦੀ ਹੈ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਆ ਨਿੱਕੀ ਜਿਹੀ ਉਸ ਤੋਂ ਬਾਅਦ ਮੁੜ ਕੇ ਮੈਂ ਆਵਾਂਗਾ 0554551106 ਮੇਰਾ ਰੱਬ ਦਾ ਨੰਬਰ ਜੀ ਡਬਲਿਊ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਲਿਖ ਕੇ ਸੈਂਡ ਕਰ ਦੋਗੇ ਮੈਨੂੰ ਤੁਸੀਂ 4471 ਤੇ ਔਰ ਦੱਸੋਗੇ ਕਿ ਕਿਹੜੀ ਇਹੋ ਜੀ ਸ਼ੈ ਆ ਜਿਹਦੇ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਹੋ ਸਕਦਾ ਚੈੱਕ ਵਨ ਓਕੇ ਜੀ ਮਿਲਦੇ ਹਾਂ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 8:30 p.m. This time check is brought to you by You Microfinance Bank. Ab aapko de raha hai, aapko aapki mehnat ka samar. You Microfinance Bank Limited. Kuch logo ka dream hota hai, hamesha stylish rehna. Unhi ke liye bani hai nayi Honda CD70 Dream. Jiska style sabke dil ko bhata hai. नए फीचर्स नया दिलकश अंदाज इकोनॉमी के साथ तो चलाओ अपने ड्रीम क्योंकि ड्रीम ऑन है नई होंडा CD70 ड्रीम ड्रीम ऑन है Khadi's unstitched luxury collection revisits the traditional art of dressing up. Delicately embroidered and beautifully embellished raw silk, velvet and chiffon fabrics. Available in stores and online from November 9th. बढ़े खुशहाली मिले देखो ये धरती जाग उठे भरोसे के 50 साल एंग्रो फर्टिलाइजर लाइक यहां शेयर वहां चैट विद पूरा जहां जैस सुपर 4G पे आओ और फ्री फेसबुक के मजे उड़ाओ और दुनिया को बता दो अपने मोबाइल फोन से डैम लिखकर 8000 पर एसएमएस करें और 10 रुपए सुप्रीम कोर्ट ऑफ पाकिस्तान के द्यामिर भाषा और मोहम्मद डैम फंड में अतिया करें यू माइक्रो फाइनेंस बैंक अब आपको दे रहा है आपको आपकी मेहनत का समर वो भी 12% शरह मुनाफा के साथ बगैर किसी उम्र और रकम जमा करवाने की हद के साथ में मिले मुफ्त डेबिट कार्ड चेकबुक और महाना मुनाफा निकलवाने की सहूलत तो आज ही अपने करीबी यू माइक्रो फाइनेंस बैंक की ब्रांच पर तशरीफ लाएं या फोन करें 0511-111-282-265 यू माइक्रो फाइनेंस बैंक लिमिटेड वेलकम टू जेएस बैंक मैं आपकी क्या मदद कर सकता हूं जेएस कोड फाइनेंस 100 मिनट शुरू वैल्यूएशन डन डॉक्यूमेंटेशन भी साइन हेड ऑफिस से अप्रूवल भी आ गया लोन अप्रूव्ड JS Gold Finance سے بس 100 منٹ میں گولڈ کی قیمت لگے اور پیسے آپ کے ہاتھ میں مزید معلومات کے لیے 0800-011-22 پر کال کریں یا قریبی برانچ وزٹ کریں JS Bank کیونکہ بڑھنا ہے آگے گاڑی چلاتے ہوئے اپنی سیٹ بیلٹ باندھے رکھیے کیونکہ حادثات قسمت میں نہیں بلکہ یہ غیر ذمہ دارانہ ڈرائیونگ کی وجہ سے رونما ہوتے ہیں آخر کب تک ہم اپنی اور دوسروں کی زندگیوں سے کھیلتے رہیں گے ٹریفک قوانین کی پاسداری ہم سب کی ذمہ داری A public service message by پیمرا
ਵੈਲਕਮ 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 ਬੈਕ ਸਤਿ ਬਿਸਮਿਲ੍ਲਾ ਜੀਆਂ ਨੂੰ ਸਾਰੇ ਸੁਣ ਵਾਲੇ ਸੱਜਣਾ ਬੇਲੇ ਮਿੱਤਰਾਂ ਨੂੰ ਟਾਲੀਆਂ ਤੇ ਕਿੱਕਰਾਂ ਨੂੰ ਚਿੜੀਆਂ ਤੇ ਤਿੱਤਰਾਂ ਨੂੰ ਜੀ ਅੱਜ ਨਵੀਰ ਜੀ ਕਿੱਦਾਂ ਵਧੀਆ ਫਸਟ ਕਲਾਸ ਹੈ ਉਹ ਅੱਜੀ ਜੀ ਦੱਸਿਆ ਨੀ ਤੁਸੀਂ ਤੁਹਾਨੂੰ ਹੈ ਕਿਹੜੀ ਇਹੋ ਜਿਹੀ ਚੀਜ਼ ਆ ਜਿਹਦੇ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਮੈਸੇਜ ਬਹੁਤ ਹੀ ਪਿਆਰਾ ਕੀਤਾ ਜੀ ਕਿੰਨੇ ਅਸਲਾਮ ਅਲੈਕਮ ਹਸਨੈਨ ਨੇ ਅਲੀ ਨੇ ਜੀ ਅੱਛਾ ਜੀ ਕੀ ਹਾਲ ਚਾਲ ਹੈ ਤੁਹਾਡਾ ਜੀ ਮੇਰੀ ਜ਼ਿੰਦਗੀ ਵਿੱਚ ਪਿਆਰ ਬਹੁਤ ਜ਼ਰੂਰੀ ਹੈ ਥੈਂਕਸ ਥੈਂਕਸ ਤੁਹਾਡਾ ਸ਼ੋ ਨਾਈਸ ਹੈ ਸਭ ਸੁਣਨ ਵਾਲਿਆਂ ਨੂੰ ਸਲਾਮ ਅੱਛਾ ਜੀ ਪਿਆਰ ਤਾਂ ਵਾਕਈ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਦੇਖੋ ਜੀ ਅਗਰ ਪਿਆਰ ਨਹੀਂ ਹੈ ਨਾ ਜ਼ਿੰਦਗੀ ਦੇ ਵਿੱਚ ਤੁਹਾਡੀ ਤੇ ਤੁਸੀਂ ਬਿਲਕੁਲ ਅਧੂਰੇ ਹੋ ਕਿਉਂਕਿ ਪਿਆਰ ਬੱਚਿਆਂ ਨਾਲ ਪਿਆਰ ਵੱਡਿਆਂ ਦਾ ਅਦਬ ਇਹ ਵੀ ਪਿਆਰ ਹੁੰਦਾ ਔਰ ਬਜ਼ੁਰਗਾਂ ਦੀ ਖਿਦਮਤ ਕਰਨਾ ਇਹ ਵੀ ਪਿਆਰ ਹੈ ਕਿਸੇ ਡਿਜ਼ਰਵਿੰਗ ਪਰਸਨ ਦੀ ਹੈਲਪ ਕਰਨਾ ਇਹ ਵੀ ਪਿਆਰ ਆ ਔਰ ਜਨਾਬ ਕਿਸੇ ਨੂੰ ਚੰਗੇ ਰਾਹ ਤੇ ਲਾ ਦੇਣਾ ਇਹ ਵੀ ਪਿਆਰ ਦੀ ਨਿਸ਼ਾਨੀ ਹੈ ਇਸ ਕਰਕੇ ਸਾਰੀ ਦੁਨੀਆਂ ਨਾਲ ਪਿਆਰ ਕਰਿਆ ਕਰੋ ਸੱਚੇ ਦਿਲ ਤੋਂ ਥੈਂਕ ਯੂ ਸੋ ਮਚ ਬਹੁਤ ਮਿਹਰਬਾਨੀ ਜੀ ਹਸਨੈਨ ਜੀ ਸ਼ੋ ਵੈਰੀ ਨਾਈਸ ਅੱਛਾ ਲਾਈਕ ਸਰਦੀ ਅੱਛਾ ਜੀ ਕੌਣ ਨੇ ਜੀ ਟੀ ਵੀ ਅੱਛਾ ਜੀ ਚਾਹ ਤਾਂ ਵੈਸੇ ਮੰਮੀ ਪੀ ਰਿਹਾ ਸੀ ਠੰਡ ਹੈਪੀ ਹੈਪੀ ਠੰਡ ਗੁੱਡ ਜੀ ਥੈਂਕ ਯੂ ਸੋ ਮਚ ਅੱਜ ਹੈਪੀ ਵਾਲਾ ਬਰਥਡੇ ਵਿਸ਼ ਕਰ ਦਿਓ ਜੀ ਕਿਹਨੂੰ ਕਰ ਦਈਏ ਬਿਊਟੀਫੁਲ ਸੌਂਗ ਅੱਛਾ ਜੀ ਫਰਵਾ ਬੱਟ ਓਏ ਓਏ ਹੋਏ ਓਏ ਓਏ ਫਰਵਾ ਬੱਟ ਜੀ ਕੀ ਹਾਲ ਹੈ ਫਰਵਾ ਬੱਟ ਹਮ ਆ ਤੁਹਾਡੇ ਮੂੰਹ ਚ ਕੇਕ ਕਰਕੇ ਕੇਕ ਖਾ ਰਹੇ ਇਹ ਤਾਂ ਗੱਲ ਝੂਠੀ ਆ ਵੈਸੇ ਮੈਂ ਚਾਹ ਪੀ ਰਿਹਾ ਸੀ ਫਰਵਾ ਬੱਟ ਔਰ ਤੁਸੀਂ ਸਾਡੇ ਵੱਲ ਮੂੰਹ ਕਰਕੇ ਕੇਕ ਖਾ ਰਹੇ ਬੜੀ ਜਾਤੀ ਬਹੁਤ ਵੱਡੀ ਜਾਤੀ ਹੈ ਨਜ਼ਾਰਾ ਫਿਰ ਖਾ ਲਿਓ ਕੋਈ ਗੱਲ ਨੀ ਖਾ ਲਓ ਅੱਲਾ ਹੀ ਪੁੱਛੇਗਾ ਤੁਹਾਨੂੰ ਮੇਰੇ ਲਈ ਫਰਿੱਜ ਰੱਖ ਦਿਓ ਨਾ ਆਹੋ ਸਵੇਰੇ ਫਿਰ ਖਾ ਲੈਣਾ ਮੇਰੇ ਹਿੱਸੇ ਦਾ ਹਾਂਜੀ ਥੈਂਕ ਯੂ ਸੋ ਮਚ ਫਰਵਾ ਬੱਟ ਨਸ਼ਹਿਰਾ ਵਿਰਕਾਂ ਤੋਂ ਸ਼ਾਮਿਲ ਹੁੰਦੀਆਂ ਨੇ 0545 54 55 1 0 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
ਜਿਹੜਾ ਕਰੀਏ ਅਸਾਂ ਮਰ ਨਾ ਜਾਈਏ ਦੂਰ ਖੋਲ ਪਿੱਛਾ ਕਰ ਨਾ ਜਾਈਏ ਉਹ ਗਿਲਾ ਤੇਰਾ ਕਰੀਏ ਅਸਾਂ ਮਰ ਨਾ ਜਾਈਏ ਅੱਲਾ ਨੂਰ ਖੋਲ ਪਿੱਛਾ ਕਰ ਨਾ ਜਾਈਏ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਓ
6:45 p.m. This time check is brought to you by AGS. AGS, baat hai quality ki. دوران ڈرائیونگ ون وے کے خلاف ورزی کرنا قانوناً جرم ہے اپنی اور دوسروں کی زندگی کو محفوظ بنائیے ٹریفک قوانین کی پاسداری ہم سب کی ذمہ ویلکم بیک ست بسم اللہ جی جی سارے سن والے سجنا بلیا متر ٹالیاں ککڑا چڑیا تترا سنتے پہ آواز 106 گجرانوالا دی لائیو نشریات پروگرام بیٹھک ریحان جٹ تہاڈے نال نال اور دلاں دے نال نال جی بالکل اور فون کال کرنے لئی 0554551106 میرا رابطہ نمبر لائیو کال کرنے لئی جی اپنا ریڈیو سیٹ لازمی ٹیون کرو لائیو کالر چیک کر لینا ہیلو جی السلام علیکم جی السلام علیکم ہلو جی السلام علیکم وعلیکم السلام جی کون تے کتھے سڑے نال جی مسٹر اپنا کشمیر روڈ ریڈ جیم اچھا جی کشمیر روڈ ریڈ جیم اچھا جی کی حال ہے جی خیر صاحب تسی دسو کی حال ہے تہاڈا اوئے ماں بہت ودیا جی تسی سناؤ تہاڈا کی اللہ تعالیٰ ٹھیک رکھے تھینک یو تھینک یو بہت مہربانی بہت جناب گل ہے کہ تھوڑی دیر پہلے گل ہوئی تھی کہ پیار ہونا چاہیے زندگی یس یس بالکل ہوئی سی ہاں جی ہوئی سی ایسی خوشی ہے کہ گانا سنا دیو کیڑا تہاڈی مہربانی کیڑا جی دکھائے دل جو کسی کا وہ آدمی کیا ہے آئے ہائے ہائے کسی کے کام نہ آئے وہ زندگی کیا ہے کیا بات ہے جی ضرور میں ٹرائی کروں گا اللہ کو سلام علیکم وعلیکم السلام جی زندگی رہی تو پھر ملا گئے آج فرسٹ ٹائم سر بہت مہربانی محمد سلطان کشمیر روڈ تو سارے نال سر بابا پنڈر آئے ہائے بابا پنڈر جی چاہ گئے ہو تسی یقین کرو تھینک یو سو مچ جی تھینک یو سو مچ جی بابا پنڈر آپ ہی مکاواں گے رولا ساڈا آوے اسا پکے ڈولے دیتے بابا پنڈر چھا گیا جی تھینک یو 0554551106 میرا رابطہ نمبر جی ڈبلو ٹائپ کرو گے سپیس دیو گے نام لکھو گے پیغام لکھو گے اور میسج لکھ کے سینڈ کر دو گے کیڑی یہو جی تہاڈی لائف دے وچ چیز ہے جت بغیر تہاڈی زندگی بالکل ادھوری جے جی آنا کوئی نہیں جڑے لوگ ڈرائیو کرتے میرا شو سن رہے ہیں کہ جی بڑے خیال دینا بڑے پیار دینا حاجی نوید جی گری ڈرائیو کرے ہو سجے کبھی دیکھ کے اگے پیچھے دیکھ کے اور لائٹا ذرا ڈیم رکھے ہو نا تاکہ اے کوئی مسئلہ نہ ہوئے نا پرابلم نہ ہوئے نا پکے ٹولے دیتے ٹولا ساڈا پکے ٹولے دیتے ٹولا ساڈا ٹولا بھاوے مننے نہ مننے ٹولا ساڈا آپ صاحب شامل ہوندے نے ثاقب جی کی حال چال نے راجا ثاقب صاحب ویلکم کر دیں تہاڈے پروگرام چ پھلا نال سونا اے اوئے پھلا نال سونا اے وڈلا سڈایا وے اسا پکے ڈولے دیتے ڈولا سڈایا وے اسا پکے ڈولے دیتے ڈولا سڈایا وے نہ کوئی نہیں گل کو مزید ودانا
ਆਪੇ ਹੀ ਮੁਕਾਵਾਂਗੇ ਓਏ ਆਪੇ ਹੀ ਮੁਕਾਵਾਂਗੇ ਰੌਲਾ ਸਾਡਾ ਆਵੇ ਅਸਾਂ ਪੱਕੇ ਢੋਲੇ ਦੇ ਤੇ ਢੋਲਾ ਸਾਡਾ ਆਵੇ ਅਸਾਂ ਪੱਕੇ ਢੋਲੇ ਦੇ ਤੇ ਢੋਲਾ ਸਾਡਾ ਆਵੇ ਜੀ ਕਈ ਦਫਾ ਕੀ ਹੁੰਦਾ ਕਿ ਜ਼ਿੰਦਗੀ ਚ ਬਹੁਤ ਸਾਰੇ ਰੋਲੇ ਪੈ ਜਾਂਦੇ ਨਾ ਔਰ ਫਿਰ ਰੋਲੇ ਦੇ ਵਿੱਚ ਢੋਲੇ ਦੂਰ ਹੋ ਜਾਂਦੇ ਸਾਡੇ ਤੋਂ ਇਸ ਕਰਕੇ ਫਿਰ ਇਹੋ ਜਿਹੇ ਗਾਣੇ ਸੁਣਨੇ ਪੈਂਦੇ ਆ ਢੋਲੇ ਨੂੰ ਮਨਾਉਣ ਲਈ ਹਾਂਜੀ ਜਿਨ੍ਹਾਂ ਦੇ ਢੋਲੇ ਰੁੱਸੇ ਹੋਏ ਨੇ ਨਾ ਉਹ ਸੌਂਗ ਸੁਣ ਕੇ ਇੰਜੋਏ ਕਰਨ ਹਾਂਜੀ ਰਿਹਾਨ ਜੱਟ ਤੁਹਾਡੇ ਨਾਲ ਨਾਲ ਅਰੇ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਆ ਆਪਾਂ ਮੁੜ ਕੇ ਆਵਾਂਗੇ ਦੁਬਾਰਾ ਇਸ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਭੁੱਲਣਾ ਸਾਡੇ ਘਰ ਵਾਲਾ ਓਲਾ ਸਾਡਾ ਆਪਣੇ ਅਸਾਂ ਪੱਕੇ ਢੋਲੇ ਦੇ ਤੇ ਢੋਲਾ ਸਾਡਾ ਆਪਣੇ ਅਸਾਂ ਪੱਕੇ ਢੋਲੇ ਦੇ ਤੇ ਢੋਲਾ ਸਾਡਾ ਆਪਣੇ ਰੁਸ ਗਿਆ ਤਾਨੀਆਂ ਵਾਲਾ ਦਾ ਤਾਨੀਆਂ ਮੇਰੀ ਕੀ ਗਲਤੀ ਇਹਦੇ ਚ ਥੈਂਕ ਯੂ ਸੋ ਮਚ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਆ ਮੁੜ ਕੇ ਮੈਂ ਆਊਂਗਾ 0554551106 ਮੇਰਾ ਰਾਬਤਾ ਨੰਬਰ ਜੀ ਡਬਲਿਊ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦਿਓਗੇ 4471 ਤੇ ਔਰ ਕਿਸੇ ਨਾ ਜਾਣਾ ਜੀ ਤਾਨੀਆਂ ਸੁਣੋ ਇਹ ਬੋਲ ਜ਼ਰਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਬੋਲਣਾ ਸਾਡੀ ਅਸਾਂ ਜੋ ਤੇ ਕਰਾਂ ਵੱਖਰੇ ਤਿਵਾਂ ਯਾਰ ਰਲ ਕੇ ਬਵਾ ਫੁੱਲਾਂ ਨਾਲ ਸੋਹਣਾ ਏ ਫੁੱਲਾਂ ਨਾਲ ਸੋਹਣਾ ਏ ਪਟੋਲਾ ਸਾਡਾ ਆਵੇ ਅਸਾਂ ਪੱਕੇ ਢੋਲੇ ਦੇ ਤੇ ਢੋਲਾ ਸਾਡਾ ਆ ਜ਼ਾਹਿਦ ਮੁਸਫਾ ਸਾਹਿਬ ਨੇ ਬਹੁਤ ਹੀ ਪਿਆਰੀ ਗੱਲ ਕੀਤੀ ਟੌਪਿਕ ਤੇ ਔਰ ਕਹਿੰਦੇ ਨੇ ਕਿ ਜੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰਿਸ਼ਤੇ ਹੁੰਦੇ ਨੇ ਇਹੋ ਜਿਹੇ ਜਿਨ੍ਹਾਂ ਤੋਂ ਬਗੈਰ ਜ਼ਿੰਦਗੀ ਅਧੂਰੀ ਹੁੰਦੀ ਹੈ ਉਹ ਚਾਹੇ ਰਿਸ਼ਤੇਦਾਰਾਂ ਦੇ ਵਿੱਚ ਹੋਣ ਚਾਹੇ ਖੂਨ ਦੇ ਰਿਸ਼ਤੇ ਹੋਣ ਚਾਹੇ ਖਲੂਸ ਦੇ ਰਿਸ਼ਤੇ ਹੋਣ ਚਾਹੇ ਦੋਸਤੀ ਦੇ ਰਿਸ਼ਤੇ ਹੋਣ ਚਾਹੇ ਮੁਹੱਬਤ ਦਾ ਰਿਸ਼ਤਾ ਹੋਵੇ ਤੇ ਚਾਹੇ ਕੋਈ ਵੀ ਰਿਸ਼ਤਾ ਹੋਵੇ ਲੇਕਿਨ ਪੁਰਖਲੂਸ ਹੋਣਾ ਖਲੂਸ ਜਿਹੜਾ ਨਾ ਉਹ ਬਹੁਤ ਜ਼ਰੂਰੀ ਆ ਜੀ ਥੈਂਕ ਯੂ ਸੋ ਮਚ ਜੀ ਸਰ ਬਹੁਤ ਖੂਬਸੂਰਤ ਗੱਲ ਕੀਤੀ ਤੁਸੀਂ ਨਿੱਕੀ ਜਿਹੀ ਗੱਲ ਦਾ ਵਿਧਾਨ ਵੀ ਕਰ ਜਾਂਦੇ ਨਾ ਲੋਕ ਲੇਕਿਨ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਦਾ ਇੰਤਜ਼ਾਰ ਕਰ ਰਿਹਾ ਕੋਈ ਮਿਲਦੇ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਬੋਲਣਾ ਇਟਸ ਆਲ ਅਬਾਊਟ ਲਾਈਫ ਸਟਾਈਲ ਸਮਾਈਲ ਟ੍ਰੈਡੀਸ਼ਨ ਐਂਟਰਟੇਨਮੈਂਟ ਇਟਸ ਆਲ ਅਬਾਊਟ ਟੂ ਮੇਕ ਇਟ ਰਿਲੈਕਸ ਪੈਸ਼ਨ fun. It's all about Awaz 106 FM कुछ लोगों का ड्रीम होता है हमेशा स्टाइलिश रहना उन्हीं के लिए बनी है नई होंडा सीडी 70 ड्रीम
غلام مصطفی صاحب جڑے سارے مرشد نے انہاں نوں ہاتھ بن کے مودبانہ سلام جی اور نال زاہد مصطفی صاحب نوں بھی بہت ہی پیار بھرا سلام تے حامد عرف شیرو ماجد تے واجد صاحب نوں بہت بہت پیار واہ جی واہ کمال کرتی اج نوید جی اور انہوں نے ایک ایسی جی گل کر دیتی اج میرے بارے میں تے بہت ہی یعنی کہ نا سرپرائز لی ہو گیا اور کہندے نے کہ جناب اگر تسی راہ جاندے پے تسی اتنی خوبصورت آواز ہے تہاڈی پرسنالٹی کہندے اتنی خوبصورت ہے کہ تسی راہ جاندے پے مینوں مل لو تے میں تہاڈے گھٹ کے جفی پاواں تے دو سال نہ چھڈا واہ جی واہ حاجی نوید جی تھینک یو سو مچ بہت پیارے ورڈسن تہاڈے میرے لئی اور حاجی غلام مصطفی لئی اور تمام لسنر نو سلام تہاڈا پہنچ گیا راجا ثاقب صاحب نو بھی تھینک یو سو مچ جی اس تو بعد جناب حامد عرف شیرو ساڈے نال شامل ہوندے نے ونس اگین اور کہندے نے کہ جی میں ایک چیز تو بغیر انکل نہیں رہ سکتا میں کہ کیڑی چیز ہے کہندے نے کہ وہ ہے نے کارٹون اچھا میں کہ کارٹون کیڑی کیڑی کارٹون دے دو کہندے نوبیتا تے ڈورے مون اج کل چل رہے ہیں میں بڑے شوق نال ویناں وا او تو بغیر میری زندگی بالکل ادھوری ہے اچھا جی ٹھیک ہو گیا نا بہت مہربانی ہے جی شیرو خوش رہو زندہ باد جیندے رہو وسدے رہو جی میسج ول جاتی ماریے تے سانو میسج کنے کیتا ہے زیبو نسان ہے کہندے جی تسی گانے نال نال جدوں گاندے ہو بہت پیارا لگدا ہے تھینک یو جی زیبو نسان زینب نے وانڈو تو زینب زاہد صاحب نے واقعی بڑی کمال دی گل کیتی ہے زینب نے وانڈو تو کہیا جی سانو اور کہندیاں نے کہ رشتے ایسے ہی ہوندے نے جڑے کیا بات ہے جی کدی بھی کسے دی کمی فیل نہیں کرن دیندے ہو ہو اور کہندے نے کہ جی زینب کہندے نے کہ میرا بھائی نہیں ہے میں اس کمی نو بہت فیل کر دی ہوں تھینک یو سو مچ زینب اسی بھی تہاڈے بھنا بھرا ورگے ہیں تسی کلے کیوں ہو اسی تہاڈے نال ہاں نا تھینک یو سو مچ زینب زینب جناب وانڈو تو سانو میسج کر دیاں نے بہت ریگولر ساڈیاں کالراں نے تھینک یو سو مچ ایک بہت خوبصورت ٹریک انہاں سارے پیارے پیارے دوستاں دے نال جڑے میرے نال جڑے ہوئے نے شیرو نے حامد عرف شیرو ماجد نے واجد نے زاہد مصطفی صاحب حاجی مصطفی صاحب حاجی نوید جی صدقے جاواں تہاڈے میں اور راجا ثاقب اور زینب تانیہ اور جن بھی نے فرما بٹ بھی نشیرہ ورکا تو سن رہی ہیں تھینک یو سو مچ نشیرہ ورکا والے بہت ہی خوبصورت ٹریک شامل کرتا پروگرام چ کتنے جانا فون کال کرنا تے میسج کرنا کدے نہ بولنا چل پہ کدے کدے گانا بھی رس جانا نا ساڈے نال آواز ایک تھی گجرانوالا ریحان تہاڈے نال نال ਦਿਲਾਂ ਦੇ ਨਾਲ ਨਾਲ ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ ਮੇਰਾ ਯਾਰ ਪਿੰਡੀ ਲਓ ਜੀ ਜਿਹਨੇ ਫਰਮਾਇਸ਼ ਕੀਤੀ ਸੀ ਨਾ ਕਿ ਉਹਨਾਂ ਦੀ ਕਜ਼ਨ ਦੀ ਅੱਜ ਸ਼ਾਦੀ ਆ ਜਾਂ ਮਹਿੰਦੀ ਆ ਉਹਨਾਂ ਨੂੰ ਵੀ ਇਹ ਸੌਂਗ ਡੈਡੀਕੇਟ ਆ ਬੜੀ ਧੂਮ ਪਿੰਡੀ ਦੀ ਸੋਹਣਾ ਸ਼ਹਿਰ ਪਿੰਡੀ ਦਾ ਉਹ ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ ਯਾਰ ਗੁਜਰਾਂਵਾਲੇ ਦਾ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਪਿੰਡੀ ਦਾ ਹੀ ਹੋਵੇ ਦਿਲਦਾਰ ਪਿੰਡੀ ਦਾ ਭੁੱਲ ਗੱਲ ਜਦ
ਜਦੋਂ ਕਰਦਾ ਮੋਤੀ ਪੈਂਡੁਲ ਦੇ 055455 ਦੇ ਰਾਹੀਂ ਫੋਨ ਕਾਲ ਕਰਕੇ ਆਪਣੀ ਮੌਜੂਦਗੀ ਦਾ ਅਹਿਸਾਸ ਦਿਲਾ ਸਕਦੇ ਹੋ ਸੋਹਣਾ ਮੈਨੂੰ ਕਰਦਾ ਸ਼ਿੰਗਾਰ ਪਿੰਡੀ ਦਾ ਉਹ ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ ਜੀ ਰਾਜਾ ਸਾਕਬ ਜੀ ਕਿੱਥੇ ਰਹਿ ਗਏ ਹੋ ਮੁੜਦੇ ਆ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਰਿਹਾਨ ਤੁਹਾਡੇ ਨਾਲ ਨਾਲ ਜੀ ਦਿਲਾਂ ਦੇ ਨਾਲ ਨਾਲ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਬੋਲਣਾ ਹਰ ਵੇਲੇ ਰਹਿੰਦਾ ਏ ਕਜਲਾ ਵੀ ਅੱਖੀਆਂ ਦਾ ਇਹੋ ਗੱਲ ਕਹਿੰਦਾ ਏ ਨਸ਼ੇ ਵਿੱਚ ਰਹਿੰਦਾ ਮੈਂ ਕਾਰ ਪਿੰਡੀ ਦਾ ਉਹ ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ ਮੇਰਾ ਯਾਰ ਪਿੰਡੀ ਦਾ ਦਿਲਦਾਰ ਪਿੰਡੀ ਦਾ ਔਰ ਜ਼ਾਹਿਦ ਮੁਸਫਾ ਸਾਹਿਬ ਨੂੰ ਵੀ ਬਹੁਤ ਸਾਰਾ ਸਲਾਮ ਨਾਲ ਕੌਣ ਬੈਠੇ ਨੇ ਉਹਨਾਂ ਤੇ ਅਮਰ ਰਸ਼ੀਦ ਸਾਹਿਬ ਨੇ ਜੀ ਮੈਨੇਜਰ ਨੇ ਵੇਵਸ ਦੇ ਕੰਪਨੀ ਦੇ ਥੈਂਕ ਯੂ ਸੋ ਮਚ ਅਮਰ ਰਸ਼ੀਦ ਸਾਹਿਬ ਜੀ ਥੈਂਕ ਯੂ ਸੋ ਮਚ ਤੁਸੀਂ ਟਿਊਨ ਕੀਤਾ ਫਿਰ ਮਾਨਸਿਕ ਸਵਾਜ ਗੁਜਰਾਂਵਾਲਾ ਗੁਜਰਾਂਵਾਲਾ ਵੀ ਸੋਹਣਾ ਵੈਸੇ ਲੇਕਿਨ ਅੱਜ ਕੱਲ ਕੂੜੇ ਕਰਕਟ ਨੇ ਹਾਲ ਬੁਰਾ ਕਰ ਦਿੱਤਾ ਖਬਰਾਂ ਮੈਂ ਸੁਣ ਰਿਹਾ ਸੀ ਕੂੜੇ ਕਰਕਟ ਜਿਹੜਾ ਇਕੱਠਾ ਹੋਇਆ ਉਹਦੇ ਨਾਲ ਬਿਜਲੀ ਬੁਲਾਉਣਗੇ ਬਣ ਸਕਦੀ ਹੈ ਬਿਜਲੀ ਇਹਦੇ ਨਾਲ ਵੈਸੇ ਸੋਚ ਕੇ ਦੱਸਿਓ ਮੈਨੂੰ ਹੈ 055455116 ਮੇਰਾ ਰੱਬ ਤਾਂ ਨੰਬਰ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦੋਗੇ 4471 ਤੇ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਕਿਤੇ ਨਾ ਜਾਣਾ ਫੋਨ ਕਾਲ ਕਰਨਾ ਤੇ ਮੈਸੇਜ ਕਰਨਾ ਕਦੇ ਨਾ ਬੋਲਣਾ 9:15 PM This time check is brought to you by Nay Honda C70 Dream. Dream on hai. You Microfinance Bank अब आपको दे रहा है आपको आपकी मेहनत का समर वो भी 12% शरह मुनाफा के साथ बगैर किसी उम्र और रकम जमा करवाने की हद के साथ में मिले मुफ्त डेबिट कार्ड चेकबुक और महाना मुनाफा निकलवाने की सहूलत तो आज ही अपने जी वेलकम 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 बैक मुड़ के मैं आ गया वहां ਚਾਹ ਪੀਣ ਗਿਆ ਸੀ ਬੜਾ ਮਜ਼ਾ ਆਇਆ ਯਕੀਨ ਕਰੋ ਤੱਤੀ ਤੱਤੀ ਚਾਹ ਤੇ ਠੰਡਾ ਠੰਡਾ ਪਾਣੀ ਸਰਦੀ ਦਾ ਮੌਸਮ ਲੇਕਿਨ ਸਰਦੀ ਦੇ ਮੌਸਮ ਤੇ ਗੱਲ ਕਰੀਏ ਅਗਰ ਤੇ ਅੱਜ ਕੱਲ੍ਹ ਦੇਖੋ ਜੀ ਮੌਸਮ ਬਹੁਤ ਚੇਂਜ ਹੋ ਰਿਹਾ ਔਰ ਨਜ਼ਲਾ ਜ਼ੁਕਾਮ ਖਾਂਸੀ ਔਰ ਨੱਕ ਕਿਸੇ ਦਾ ਪੱਕ ਰਿਹਾ ਕਿਸੇ ਦੇ ਕੰਨ ਪੱਕ ਰਹੇ ਨੇ ਹਾਂਜੀ ਕਿਸੇ ਦੇ ਬੁੱਲ ਪੱਕ ਰਹੇ ਨੇ ਬਹੁਤ ਸਾਰੇ ਲੋਕ ਸਾਨੂੰ ਮਿਲਦੇ ਆ ਲੇਕਿਨ ਮੈਂ ਦੁਆ ਕਰਾਂਗਾ ਕਿ ਸਭ ਨੂੰ ਅੱਲਾਹ ਤਾਲਾ ਆਪਣੇ ਫਿਜ਼ੋਮਾਨ ਚ ਰੱਖੇ ਔਰ ਆਪਣੀ ਸਿਹਤ ਦਾ ਬਹੁਤ ਖਾਸਮ ਖਾਸ ਖਿਆਲ ਰੱਖਿਆ ਕਰੋ ਜਦੋਂ ਵੀ ਬਾਈਕ ਤੇ ਜਾਂਦੇ ਹੋ ਬਾਹਰ ਹੈਲਮਟ ਲਾਜ਼ਮੀ ਯੂਜ਼ ਕਰਿਓ ਠੀਕ ਹੈ ਨਾ ਜੀ ਹੈਲਮਟ ਦੇ ਬਹੁਤ ਸਾਰੇ ਫਾਇਦੇ ਨੇ ਘਰ ਵਿੱਚ ਪਾਇਆ ਹੋਵੇ ਤਾਂ ਬੁੱਢੀ ਤੋਂ ਬੱਚਤ ਹੋ ਜਾਂਦੀ ਹੈ ਡੋਈ ਸ਼ੋਈ ਨਹੀਂ ਵੱਜਦੀ ਨਾ ਸਮਝਿਆ ਕਰੋ ਜ਼ਰਾ ਇਹ ਟਿਪਸ ਨੇ ਬਹੁਤ ਵੱਡੇ ਵੱਡੇ ਜੀ ਜਿਹੜੇ ਮੈਰਿਡ ਲੋਕ ਨੇ ਉਹ ਸਮਝ ਗਏ ਹੋਣਗੇ ਆ ਫਿਰ ਕਾਲਜ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਨੇ ਜੀ ਇਸਹਾਰ ਉਲ ਕਾਸਮ ਨੇ ਔਰ ਚੌਧਰੀ ਨਜ਼ੀਮ ਦੇ ਲਈ ਬਹੁਤ ਸਾਰੀ ਦੁਆਵਾਂ ਠੀਕ ਹੈ ਜੀ ਪਹੁੰਚ ਗਈਆਂ ਤੁਹਾਡੀਆਂ ਦੁਆਵਾਂ ਔਰ ਈਸ਼ਾ ਜੀ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਾਰੇ ਲੋਕ ਮੇਰਾ ਪ੍ਰੋਗਰਾਮ ਸੁਣ ਰਹੇ ਨੇ ਬਹੁਤ ਹੀ ਖੂਬਸੂਰਤ ਟ੍ਰੈਕ ਜਨਾਬ ਡੈਡੀਕੇਟ ਟੂ ਆਲ ਆਫ ਯੂ ਜ਼ਾਹਿਦ ਮੁਸਫਾ ਸਾਹਿਬ ਆਮਿਰ ਰਸ਼ੀਦ ਸਾਹਿਬ ਔਰ ਕਿਹਨਾਂ ਨੂੰ ਰਾਜਾ ਸਾਕਿਬ ਸਾਹਿਬ ਨੂੰ ਕਿਹਨਾਂ ਵੱਲੋਂ ਹਾਜੀ ਨਵੀਦ ਵੱਲੋਂ ਮੈਨੂੰ ਵੀ ਡੈਡੀਕੇਟ ਕਰਤਾ ਉਹਨਾਂ ਨੇ ਸੌਂਗ ਅੱਛਾ ਜੀ ਥੈਂਕ ਯੂ ਸੋ ਮਚ ਜੀ ਹਾਜੀ ਨਵੀਦ ਜੀ ਇੰਨੇ ਖੂਬਸੂਰਤ ਟ੍ਰੈਕ ਡੈਡੀਕੇਟ ਕਰਨ ਲਈ ਸਿਫਰ 5545516106 ਪੱਕਾ ਹੀ ਮੇਰਾ ਰਾਬਤਾ ਨੰਬਰ ਜੇ ਜੀ ਡਬਲਯੂ ਟਾਈਪ ਕਰੋਗੇ ਸਪੇਸ ਦਿਓਗੇ ਨਾਮ ਲਿਖੋਗੇ ਪੈਗਾਮ ਲਿਖੋਗੇ ਔਰ ਮੈਸੇਜ ਸੈਂਡ ਕਰ ਦਿਓਗੇ 4471 ਤੇ ਸੋਨੇ ਦੀ ਚੂੜੀ
हाथ विच सच ये चूड़ी कच दी होवे तो फिर नहीं चलू चांदी दी भी हो सकती है ना चूड़ी तो चूड़ी है हाथ विच सजना पाई होई छड़ निस सकदे रे निस सकदे तो अगर कसम चाहिए होई सोने दी चूड़ी हाथ विच सजना पाई होई लेकिन असि भी नहीं रह सकते ना लाइव कॉलर तो बगैर हेलो जी अस्सलाम वालेकुम वालेकुम अस्सलाम जी कौन थे कितने साढ़े नाल गुजरांवाले शहर नूं रेडियो साइड तो थोड़ा जा दूर हो जाओ जी हां जी की हाल चाल है जी किदां वधिया फर्स्ट क्लास हो शुक्र है जनाब तुसीं सुणाओ कैसे तबीयत जी मैं बिल्कुल ठीक ठाक अगे नाल फर्क बगैर इंसान की जिंदगी बिलकुल जी ना ना रुक जाती है दसो के केड़ी अच्छा जरूरी है रात चैन टूट जाए तो परेशानी होती है बगैर तो मैं बिल्कुल फेल हो जाना हाय हाय ना जी ना मोटरसाइकिल तो बिना तो वाकई जी तुसी अधूरे हो ते होर कुछ जी जी मैं बिल्कुल वधिया फर्स्ट क्लास कोई मैसेज कोई पैगाम सुन वाले ने हाजी नवीद सुन रहे ने अमर रशीद साहब सुन रहे जाहिद मुस्तफा साहब सारे बहुत ही प्यारे दोस्त सुन रहे ने उन्होंने कोई अल्फाज सारे नु मेरे वालों सलाम दे दियो प्यार दे दियो आप ही दे दियो लाइव है तुसी लेकिन सॉन्ग असि लाजमी सुनना जी है चुम चुम लावा अखियां नू सोने दी चूड़ी चुम चुम लावा अखियां नू ढोल पवाइए मुड़ मुड़ दसनिया सखियां नू सोने दी चूड़ी हाथ विच सजना पाई होई घट बल्कि मुक गया जी इस बाद हकीम साहब ने आना जी बर्दाश्त करियो जी बिल्कुल और सब दोस्तों का बहुत ज्यादा शुक्रिया जिन्होंने ट्यून किया अज एफ एम 106 आवाज गुजरांवाला और प्रोग्राम दे नाल जुड़े रहे उन्होंने बहुत बहुत ज्यादा शुक्रिया प्रोग्राम नूं इस गल ते वाइंड अप करांगा कि जाहिद मुस्तफा साहब ने गल की और उन्हें जिहड़ी यानी कि ना कुछ गल्लां इदां दी हुंदियां ने कि दिल नूं छू जांदियां ने और रियलिटी बेस ते उन्होंने अज गल की आ कि जनाब की आ कि पुरखलूस रिश्ते जिहड़े ने उन्हां दी बगैर उन्हां दी जिंदगी अधूरी है और रिश्ते किसी भी किस्म दे हो सकते ने दोस्ती दे रिश्ते च हो जाते रिश्तेदारी च हो सकते ने और भैन भरा विच हो सकता है क्योंकि अजकल दा दौर जिहड़ा ना नफसा नफसी दा आलम है जनाब हर बंदे नूं अपनी अपनी पई हुंदी है कोई किसी दा हाल वेला नहीं लैंदा लेकिन खलूस ते दोस्ती दा रिश्ता और हमदर्दी दा रिश्ता और ये जज्बा जिहदे विच है वह सब तो नफीस इंसान है जी थैंक यू सो मच टू ऑल ऑफ यू अपना तो अपने आस पास वाले का बहुत ज्यादा ख्याल रखना और रेहान जट नूं भी दुआवां विच याद रखना उम्मीद करांगा कि तुसीं इंतजार करोगे नैक्सट संडे नूं फिर 7-10 मुलाकात होएगी तुहाडे नाल बड़े प्यार दे नाल और बड़े खलाक दे नाल
ਪ੍ਰੋਗਰਾਮ ਦਾ ਐਂਡ ਕਰਾਂਗਾ ਇਸ ਦੁਆ ਦੇ ਨਾਲ ਕਿ ਰੱਬਾ ਸਭ ਦਾ ਭਲਾ ਕਰੀ, ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਯਾਰ ਤੂੰ ਕਰੀ। ਕਦੇ ਕਿਸੇ ਦਾ ਦਿਲ ਨਾ ਦੁਖਾਇਓ, ਕਿਉਂਕਿ ਦਿਲ ਦੁਖਣ ਲੱਗੇ ਤਕਲੀਫ਼ ਬਹੁਤ ਹੁੰਦੀ, ਆਵਾਜ਼ ਨਹੀਂ ਹੁੰਦੀ ਨਾ, ਆਵਾਜ਼ ਕਦੇ ਨਹੀਂ ਆਈ ਨਾ, ਦਿਲ ਟੁੱਟਣ ਤੋਂ ਆਵਾਜ਼ ਨਹੀਂ ਹੁੰਦੀ, ਸ਼ੀਸ਼ਾ ਟੁੱਟ ਜਾਏ ਆਵਾਜ਼ ਆ ਜਾਂਦੀ। ਅੱਛਾ ਕੀ ਹੁੰਦਾ ਕਿ ਸ਼ੀਸ਼ਾ ਟੁੱਟ ਜਾਂਦਾ ਤੇ ਕਦੇ ਤੁਸੀਂ ਉਹਨੂੰ ਐਲਫੀ ਨਾਲ ਜੋੜਿਆ, ਕਦੇ ਵੀ ਨਹੀਂ ਜੁੜ ਸਕਦਾ ਨਾ। ਇਸ ਤਰ੍ਹਾਂ ਦੀ ਕੋਈ ਚੀਜ਼ਾਂ ਇਹੋ ਜਿਹੀ ਹੁੰਦੀਆਂ ਜਿਹੜੇ ਟੁੱਟ ਜਾਣ ਜ਼ਿੰਦਗੀ ਚ ਟੁੱਟ ਜਾਣ ਤੇ ਵਾਪਸ ਨਹੀਂ ਆਉਂਦੀਆਂ। ਇਸ ਕਰਕੇ ਜਨਾਬ ਖਿਆਲ ਕਰਿਆ ਕਰੋ ਕਿ ਅਸੀਂ ਇਹੋ ਜਿਹੀ ਗੱਲ ਕੀਤੀ ਹੈ, ਕਿਸੇ ਦੇ ਦਿਲ ਆਜ਼ਾਰੀ ਤਾਂ ਨਹੀਂ ਹੋਈ, ਥੋੜੀ ਜਿਹੀ ਕਰਕੇ। ਵੈਲ ਜੀ, ਗੁੱਡ ਬਾਏ ਟਾਟਾ, ਫਾਈਨਲੀ ਹੱਸਦੇ ਰਹੋ, ਵੱਸਦੇ ਰਹੋ, ਜਿਉਂਦੇ ਰਹੋ, ਦਿਲ ਨਹੀਂ ਕਰ ਰਿਹਾ ਜਾਣ ਨੂੰ, ਲੇਕਿਨ ਕੀ ਕਰਾਂ, ਹਕੀਮ ਸਾਹਿਬ ਸਿਰ ਤੇ ਆਏ ਖਲੋਤੇ, ਜਾਣਾ ਤਾਂ ਪੈਣਾ, ਰਹਿਣ ਦਿਓ ਹਕੀਮ ਸਾਹਿਬ, ਬਹਿ ਜਾਓ ਇੱਥੇ। ਗੁੱਡ ਬਾਏ ਟਾਟਾ, ਫਾਈਨਲੀ ਰਿਹਾਨ ਜੱਟ ਨੂੰ ਇਜਾਜ਼ਤ, ਰੱਬ ਰਾਖਾ। ਸਤਾਵੇ ਰਾਤੀ ਨੀਂਦ ਨਾ ਆਵੇ, ਦਿਨੇ ਕਾਂ ਕੁਰਲਾਵੇ, ਗੱਲ ਦੱਸ ਦਾਣਾ ਮੈਨੂੰ ਤੇਰੀ, ਤੇਰਾ ਬਿਨਾ ਮੈਨੂੰ ਤੇਰੀ, ਤੇਰਾ ਬਿਨਾ ਮੈਨੂੰ ਤੇਰਾ ਬਿਨਾ ਵਿਚੀ ਜਾਵਾਂ ਤੇਰੇ ਕੋਲ ਸੱਚ ਦਾਣਾ ਮੈਨੂੰ ਤੇਰੀ, ਤੇਰਾ ਬਿਨਾ ਮੈਨੂੰ ਤੇਰਾ ਬਿਨਾ ਮੈਨੂੰ ਤੇਰੀ, ਤੇਰਾ ਬਿਨਾ ਮੈਨੂੰ ਤੇਰਾ ਬਿਨਾ ਜਾਵਾਂ ਸੋਹਣਿਆਂ ਦੇ ਬੂਹੇ, ਜਾਵਾਂ ਸੋਹਣਿਆਂ ਦੇ ਬੂਹੇ, ਜਾਵਾਂ ਸੋਹਣਿਆਂ ਦੇ ਬੂਹੇ, ਜਾਵਾਂ ਸੋਹਣਿਆਂ ਦੇ ਬੂਹੇ, ਜਾਵਾਂ ਸੋਹਣਿਆਂ ਦੇ, ਉਹ ਜਾਵਾਂ ਸੋਹਣਿਆਂ ਦੇ ਹੋਏ, ਜਾਵਾਂ ਸੋਹਣਿਆਂ ਦੇ ਬੂਹੇ, ਭਾਵੇਂ ਸੱਤੇ ਵਿੱਚ ਬੂਹੇ, ਕੋਈ ਚੋਲਾ ਮੈਂ ਸੀ ਕੋਈ ਚੋਲਾ ਮੈਂ ਸੀ, ਦੁਨੀਆ ਤੇ ਤੂੰ ਜੀਵੇ, ਤੇਰੀ ਆਸ ਤੇ ਮੈਂ ਜੀਵਾਂ, ਤੇਰੀ ਆਸ ਤੇ ਮੈਂ ਜੀਵਾਂ, ਜਾਵਾਂ ਸੋਹਣਿਆਂ ਦੇ ਬੂਹੇ, ਭਾਵੇਂ ਸੱਤੇ ਵਿੱਚ ਬੂਹੇ, ਸੋਹਣਿਆਂ ਦੇ ਬੂਹੇ, ਭਾਵੇਂ ਸੱਤੇ ਵਿੱਚ ਬੂਹੇ, ਤੈਨੂੰ ਮਿਲਣਾ ਜ਼ਰੂਰ ਹੈ, ਦਿਲ ਕੱਲ ਦਾ ਨਾ ਮੈਨੂੰ ਤੇਰੀ,